ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦਾ ਬਲੌਗ ਸਰਪ੍ਰਾਈਜ਼ ਬਲੌਗ ਹੈ। ਸੋ ਸਰਪ੍ਰਾਈਜ਼ ਕਿਹਦੇ ਲਈ ਹੈ? ਇਹਨਾਂ ਲਈ ਸਰਪ੍ਰਾਈਜ਼ ਕੀ ਹੈ, ਅੱਜ ਤੁਹਾਨੂੰ ਦਿਖਾਉਂਦੇ ਅੱਗੇ ਚੱਲ ਕੇ। ਸੋ ਮੀਂਹ ਪੈ ਰਿਹਾ, ਠੰਡ ਪੂਰੀ ਹੋਈ ਹੋਈ ਹੈ। ਇੰਡੀਆ ਕਹਿੰਦੇ ਪੂਰੀ ਅੱਗ ਵਰਦੀ ਹੈ, ਗਰਮੀ ਹੈ ਅਤੇ ਇੱਥੇ ਪੂਰੀ ਠੰਡ ਹੈ। ਆਪਾਂ ਪੂਰੇ ਨਜ਼ਾਰੇ ਚਿੱਲ 'ਚ ਹੈ, ਠੀਕ ਹੈ ਜੀ। ਤੁਹਾਨੂੰ ਸਰਪ੍ਰਾਈਜ਼ ਕੀ ਅੱਜ ਦਾ ਦਿਖਾਉਂਦੇ ਹਾਂ। ਅੱਜ ਐਕਸਾਈਟਡ ਹੈ ਫਿਰ ਅੱਜ ਸਰਪ੍ਰਾਈਜ਼ ਲਈ? ਵੈਸੇ ਨਾ ਸ਼ੱਕ ਤਾਂ ਹੋ ਗਿਆ, ਹਲੇ ਕਨਫਰਮ ਨਹੀਂ ਹੋਇਆ। ਹੈਂ, ਆ ਗਏ ਆਪਣੇ ਆੜੀ ਜਸਨੂਰ ਦੇ ਘਰੇ ਅਤੇ ਆਹ ਖੜੀ ਆ ਗੱਡੀ ਜਿਹੜੀ ਅੱਜ ਨਵਪ੍ਰੀਤ ਨੂੰ ਸਰਪ੍ਰਾਈਜ਼ ਮਿਲਣਾ ਇਹਦਾ। ਆਪਾਂ ਗੱਡੀ ਲੈ ਲਈ ਆ ਨਵਪ੍ਰੀਤ ਲਈ। ਸ਼ੀਸ਼ਾ ਡਾਊਨ ਕਰ, ਸ਼ੀਸ਼ਾ ਡਾਊਨ ਕਰ। ਚਾਬੀ ਵਾਲੀ ਹੈ ਇਹ, ਚਾਬੀ ਲਾਓ ਜਿਹੜੀ ਚਾਬੀ ਫੜਾਈ ਹੈ। ਪੁਸ਼ ਬਟਨ ਸਟਾਰਟ ਨਹੀਂ ਹੈਗੀ। ਸ਼ੀਸ਼ਾ ਡਾਊਨ ਕਰ, ਸ਼ੀਸ਼ਾ ਡਾਊਨ ਕਰ। ਬਸ ਠੀਕ ਹੈ, ਇਹਦੇ 'ਚ ਵਧੀਆ ਚੀਜ਼ ਹੈ ਤੇਰੀ ਜਿਹੜੀ ਡਿਸਪਲੇ ਹੈ ਨਾ, ਉਹ ਜੈਪਨੀਜ਼ ਨਹੀਂ ਹੈਗੀ, ਸਾਰੀ ਇੰਗਲਿਸ਼ 'ਚ ਹੈ। ਐਂਡਰਾਇਡ ਦੀ ਨਿਊ ਰਜਿਸਟਰਡ ਗੱਡੀ ਹੈ ਇਹ। ਆ ਵੀ ਬਹੁਤ ਸੌਖਾ ਦੇਖ, ਹੈ ਨਾ ਇੱਧਰ ਤੇਰੇ ਆ ਵੀ ਬਟਨ ਬੁਟਨ ਜਿਹੇ ਨਹੀਂ ਹੈਗੇ। ਮੈਨੂੰ ਆ ਵੀ ਚੀਜ਼ਾਂ ਵਧੀਆ ਲੱਗ ਰਹੀਆਂ ਮੈਨੂੰ। ਏਸੀ ਗੁੱਡ ਹੈ, ਹੈਪੀ ਹੈ, ਓਕੇ। ਮੀਂਹ ਆ ਗਿਆ ਬਹੁਤ ਜ਼ਿਆਦਾ ਤੇਜ਼, ਅਤੇ ਆਪਾਂ ਹੈਗੇ ਹਾਂ ਗੁਰਦੁਆਰੇ 'ਚ ਇਸ ਟਾਈਮ। ਅਤੇ ਆ ਇੱਧਰ ਹੈਗਾ ਗਿਫਟ ਸ਼ੋਪ, ਇੱਥੇ ਸਾਰਾ ਕੁਛ ਮਿਲ ਜਾਂਦਾ ਇੰਡੀਆ ਵਾਲਾ ਸਮਾਨ ਜੋ ਵੀ ਚਾਹੀਦਾ ਆਪਾਂ ਨੂੰ। ਸੋ ਇਹ ਹੈਗਾ ਪਾਪਾ ਟੋਏ ਟੋਏ, ਆਹ ਗੱਡੀ ਲੈ ਲਈ ਜੀ ਆਪਾਂ ਨਵੀਂ ਨਵਪ੍ਰੀਤ ਵਾਸਤੇ। ਅਤੇ ਹੁਣ ਆਪਾਂ ਆਏ ਸੀਗੇ ਗੁਰਦੁਆਰਾ ਸਾਹਿਬ, ਗੁਰਦੁਆਰਾ ਦਸ਼ਮੇਸ਼, ਅਤੇ ਆਹ ਹੈਗੀ ਮੇਰੇ ਵਾਲੀ ਗੱਡੀ। ਆਹ ਹਾਈਬ੍ਰਿਡ ਆ, ਆਹ ਹਾਈਬ੍ਰਿਡ ਹੈ ਨਹੀਂ। ਸੋ ਹੁਣ ਆਪਾਂ ਇੱਕ ਫੋਟੋ ਖਿੱਚਣ ਗਏ ਹਾਂ, ਚਲੋ ਫਿਰ ਘਰ ਨੂੰ ਚੱਲੀਏ। ਮੀਂਹ ਬਹੁਤ ਪੈ ਰਿਹਾ, ਦੇਖੋ ਦੇਖੋ ਕਿੰਨਾ ਮੀਂਹ ਪੈ ਰਿਹਾ। ਲਓ ਜੀ ਮਿੱਤਰੋ, ਨਵ ਚਲਾ ਕੇ ਲੈ ਕੇ ਆਈ ਹੈ ਗੱਡੀ ਅੱਜ। ਆਪ 40-45 ਕਿਲੋਮੀਟਰ ਹੋ ਗਿਆ ਨਾ। ਸੋ ਹੁਣ ਆਪਣੀ ਗੱਡੀ ਦੀ ਇਹ ਸੈਟਿੰਗ ਕਰਨ ਲੱਗੀ ਹੋਈ ਹੈ, ਦੇਖੋ ਨਾ। ਜਦੋਂ ਬੰਦੇ ਦੀ ਚੀਜ਼ ਆਪਣੀ ਹੋ ਜਾਂਦੀ ਹੈ ਫਿਰ ਜ਼ਿਆਦਾ ਪਿਆਰੀ ਹੋ ਜਾਂਦੀ ਹੈ। ਉਹ ਦੂਜੀ ਗੱਡੀ 'ਚ ਆਹ ਕਰ ਦਿਉ, ਉਹ ਕਰ ਦਿਉ। ਸੋ ਗੱਡੀ ਦਾ ਅੰਦਰ ਤੋਂ ਵਿਊ ਦੇਖ ਲਓ, ਬਹੁਤ ਸੋਹਣੀ ਗੱਡੀ ਆ, ਜਮਾਂ ਜਾਇਜ਼ ਭਾਅ ਸਿਰ ਮਿਲੀ ਆ। ਗੱਡੀ ਬਹੁਤ ਘੈਂਟ ਹੈ, ਵਿਊ ਵਿਜ਼ਨ ਵੀ ਬਹੁਤ ਸੋਹਣਾ ਗੱਡੀ ਦਾ, ਮੂਹਰੇ ਤੋਂ ਐਨ ਸਾਫ਼ ਪਈ ਹੈ ਗੱਡੀ, ਅੰਦਰੋਂ ਵੀ ਬਾਹਰੋਂ ਵੀ। ਸੋ ਹੈਪੀ ਨਵਪ੍ਰੀਤ ਨੂੰ ਵੈਸੇ ਆਸ ਨਹੀਂ ਸੀ ਇੰਨੀ ਛੇਤੀ ਗੱਡੀ ਲੈ ਲੈਣੀ ਹੈ ਨਾ। ਮੀਂਹ ਪੈ ਰਿਹਾ ਬਹੁਤ ਜ਼ਿਆਦਾ,
ਦੇਖੋ ਕੱਪੜੇ ਗਿੱਲੇ ਹੋ ਗਏ, ਅਸੀਂ ਇੱਕ ਬੜੀ ਫੋਟੋ ਬੜੀ ਮੁਸ਼ਕਿਲ ਨਾਲ ਖਿੱਚੀ ਆ, ਠੀਕ ਹੈ ਜੀ। ਅਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅੱਜ, ਠੰਡ ਪੂਰੀ ਹੋਈ ਹੋਈ ਆ, ਟੈਂਪਰੇਚਰ ਹੈਗਾ 9 ਡਿਗਰੀ 8 ਡਿਗਰੀ, ਠੀਕ ਹੈ ਜੀ। ਅਤੇ ਅੱਜ ਦਾ ਬਲੌਗ ਹੋ ਗਿਆ ਇਹ ਛੋਟਾ ਜਿਹਾ, ਅਤੇ ਹੁਣ ਟਾਈਮ ਹੋ ਗਿਆ ਜ਼ਿਆਦਾ, ਗੱਡੀ ਮੈਂ ਵੈਸੇ ਸਵੇਰੇ ਲੈ ਲਈ ਸੀਗੀ ਪਰ ਦੂਰ ਖੜ੍ਹੀ ਹੋਣੇ ਕਰਕੇ ਮੈਂ ਇਕੱਲਾ ਸੀਗਾ, ਉੱਥੋਂ ਨਹੀਂ ਚੱਕ ਪਾਇਆ। ਅਤੇ ਹੁਣ ਆਪਾਂ ਲਾਪਰੀ ਤੋਂ ਨਾਲ ਲੈ ਕੇ ਗੱਡੀ ਇੱਥੋਂ ਲੈ ਆਏ, ਠੀਕ ਹੈ ਜੀ। ਅਤੇ ਹੁਣ ਕਰਦੇ ਹਾਂ ਅੱਜ ਦਾ ਬਲੌਗ ਇੱਥੇ ਐਂਡ, ਛੋਟਾ ਜਿਹਾ ਬਲੌਗ ਹੈ, ਜ਼ਰੂਰ ਦੇਖ ਲਿਓ, ਚੈਨਲ ਸਬਸਕ੍ਰਾਈਬ ਕਰ ਲਿਓ। ਓਕੇ ਜੀ, ਬਾਏ ਬਾਏ, ਰੱਬ ਰੱਖਾ।